ਪੰਜਾਬ ਬੋਲਦਾ ਪ੍ਰੋਗਰਾਮ ਤਹਿਤ ਅੱਜ ਅਸੀਂ ਭਾਈ ਰੂਪਾ ਪਿੰਡ ਦੇ ਵਿੱਚ ਪਹੁੰਚੇ ਹਾਂ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਨੇ ਜਿਹੜੇ ਪ੍ਰੈਕਟਿਸ ਕਰ ਰਹੇ ਨੇ, ਇਹ ਨੌਜਵਾਨ ਕਿਸੇ ਖੇਡ ਦੇ ਮੈਦਾਨ ਦੇ ਲਈ ਨਹੀਂ ਜਾਂ ਖੇਡਾਂ ਲਈ ਨਹੀਂ, ਬਲਕਿ ਆਰਮੀ ਦੀ ਭਗਤੀ ਲਈ, ਆਰਮੀ ਦੇ ਲਈ ਸਿਲੈਕਟ ਹੋਣ ਦੇ ਲਈ ਆਪਣੀ ਇਹ ਮਿਹਨਤ ਕਰ ਰਹੇ ਨੇ। ਮਿਹਨਤ ਕੌਣ ਕਰਵਾ ਰਿਹਾ? ਇੱਕ ਸੁਪਰ ਸਿੰਘ ਜਿਹਦੀ ਅਸੀਂ ਤਸਵੀਰ ਤੁਹਾਨੂੰ ਦਿਖਾਵਾਂਗੇ। ਸਾਡੇ ਨਾਲ ਅੱਜ ਮੌਜੂਦ ਨੇ ਉਹ ਸਿੰਘ ਜਿਨ੍ਹਾਂ ਨੇ ਜਿਸ ਉਮਰ ਦੇ ਵਿੱਚ ਆਮ ਤੌਰ 'ਤੇ ਲੋਕ ਜ਼ਿੰਦਗੀ ਜਿਉਣੀ ਛੱਡ ਦਿੰਦੇ ਨੇ, ਉਸ ਉਮਰ ਦੇ ਵਿੱਚ ਇਹ ਨੌਜਵਾਨਾਂ ਦੇ ਲਈ ਇੱਕ ਉਦਾਹਰਣ ਬਣ ਚੁੱਕੇ ਨੇ। ਮਾਧਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਕਿੱਦਾਂ, ਕਿੰਨੀ ਉਮਰ ਹੈ ਤੁਹਾਡੀ ਬਾਬਾ ਜੀ? ਮੇਰੀ ਉਮਰ ਜੀ 70, ਦੋ ਘੱਟ 70 ਸਾਲ ਦੀ ਹੈ। ਜੇ ਅਸੀਂ ਤੁਹਾਡੀ ਗੱਲ ਕਰੀਏ, ਬਹੁਤ ਸਾਰੇ ਨੌਜਵਾਨ ਤੁਹਾਡੇ ਤੋਂ ਪ੍ਰੇਰਿਤ ਹੋ ਰਹੇ ਨੇ, ਅਤੇ ਅਸੀਂ ਜੇ ਗੱਲ ਕਰੀਏ, ਕਿੱਦਾਂ ਦਿਮਾਗ ਦੇ ਵਿੱਚ ਆਇਆ ਕਿ ਨੌਜਵਾਨਾਂ ਨੂੰ ਤੁਸੀਂ ਫੌਜ ਦੀ ਟ੍ਰੇਨਿੰਗ ਕਰਵਾਉਣੀ? ਮੈਂ ਪਹਿਲਾਂ ਨਾ ਸੀ ਜਦੋਂ ਇੱਥੇ ਲੱਗੇ ਜੀ, ਫੌਜ 'ਚੋਂ ਆਇਆ ਸੀ ਮੈਂ ਫੌਜ ਦਾ ਪਰ, ਅਤੇ ਅਸੀਂ ਜਾਣੇ ਪਹਿਲਾਂ ਕਬੱਡੀ ਦੀ ਟੀਮ ਤਿਆਰ ਕਰੀ ਸੀ, ਅਤੇ ਕਬੱਡੀ ਤੋਂ ਬਾਅਦ ਫਿਰ ਕੁਛ ਲੈਟਕ ਦੇ ਬੱਚੇ ਤਿਆਰ ਕਰੇ, ਲੈਟਕ ਤੋਂ ਬਾਅਦ ਫਿਰ ਕਬੱਡੀ ਦੀ ਟੀਮ ਨਾਲ ਨਾਲ ਫਿਰ ਭਰਤੀ ਵਾਲਾ ਸਾਨੂੰ ਹੋ ਗਿਆ ਵੀ ਬੱਚੇ ਭਰਤੀ ਵਾਲੇ ਕਰਿਆ ਕਰੀਏ, ਫਿਰ ਅਸੀਂ ਭਰਤੀ ਦੀ ਟ੍ਰੇਨਿੰਗ ਜਾਣੇ ਬੱਚਿਆਂ ਨੂੰ ਦਿੰਦੇ ਰਹੇ, ਸਾਰਾ ਕੁਛ ਕਰਦੇ ਰਹੇ, ਜਾਣੇ ਸਾਨੂੰ ਇਹੀ ਮਨ ਹੈ ਸਾਡੇ 'ਚ ਬਈ ਅਸੀਂ ਕਹਿੰਦੇ ਹਾਂ ਵੀ ਸਾਡੇ ਪਿੰਡ ਦੇ ਬੱਚੇ ਤਕੜੇ ਹੋਣ, ਬਾਹਰਲੇ ਪਿੰਡਾਂ ਦੇ ਤਕੜੇ ਹੋਣ, ਵੀ ਚਲੋ ਵਿਚਾਰੇ ਆਪਣੀ ਰੋਜ਼ੀ ਲੱਗਣ, ਅਤੇ ਇਹੀ ਆ ਵੀ ਅਸੀਂ ਕਹਿੰਦੇ ਸਾਡੇ ਪਿੰਡ ਦੇ ਬੱਚੇ ਜਦੋਂ ਤਕੜੇ ਹੁੰਦੇ ਆ ਜਾਂ ਕਿਤੇ ਨੈਸ਼ਨਲ 'ਤੇ ਮੈਡਲ ਪਾਉਣ ਲਿਆਉਂਦੇ ਆ, ਉਦੋਂ ਸਾਨੂੰ ਇਹੀ ਖੁਸ਼ੀ ਹੁੰਦੀ ਆ ਵੀ ਸਾਡੇ ਪਿੰਡ ਨੇ ਵੀ ਕੁਛ ਕਰਿਆ। ਮਾਧਾ ਸਿੰਘ ਜੀ ਦੀ ਗੱਲ ਕਰੀਏ ਤਾਂ ਫੌਜ 'ਚੋਂ ਰਿਟਾਇਰ ਹੋ ਕੇ ਇਹਨਾਂ ਨੇ ਨੌਜਵਾਨਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ, ਹੁਣ ਤੱਕ ਬਹੁਤ ਸਾਰੇ ਬੱਚੇ ਫੌਜ ਦੇ ਵਿੱਚ ਭਰਤੀ ਹੋ ਚੁੱਕੇ ਨੇ। ਮਾਧਾ ਸਿੰਘ ਜੀ, ਕਿੰਨੇ ਬੱਚੇ ਜਿਹੜੇ ਆ ਹੁਣ ਤੱਕ ਤੁਹਾਡੇ ਇਸ ਥਾਂ ਤੋਂ ਪ੍ਰੈਕਟਿਸ ਕਰਕੇ ਭਰਤੀ ਹੋ ਚੁੱਕੇ? ਮੇਰੇ ਸ਼ਹਿਰ ਦੇ ਵਿੱਚ ਬਈ ਕੁਛ ਤਾਂ ਬੱਚੀਆਂ ਸਾਡੀਆਂ ਸਪੋਰਟ 'ਚ ਹੋਈਆਂ ਭਰਤੀ, ਕੁਛ ਮੇਰੇ ਹਿਸਾਬ 'ਚ ਵੀ ਸਾਰੇ ਬੱਚੇ ਪੁਲਿਸ ਦੇ ਲਾ ਕੇ, ਪੁਲਿਸ ਦੀਆਂ ਬੱਚੀਆਂ ਲਾ ਕੇ 80-85 ਬੱਚੇ ਜਾਣੇ ਮੇਰੇ ਘਰ ਮੇਰੇ ਗਏ ਆ ਮੇਰੇ ਹੱਥਾਂ 'ਤੇ ਜੀ। ਬਹੁਤ ਵੱਡੀ ਗੱਲ ਹੈ ਕਿ 80-85 ਬੱਚੇ ਜਿਹੜੇ ਨੇ ਇਸ ਗਰਾਊਂਡ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ, ਜਿਹੜੇ ਬੱਚੇ ਪ੍ਰੈਕਟਿਸ ਕਰ ਰਹੇ ਨੇ ਇਹਨਾਂ ਦੇ ਵਿੱਚੋਂ ਇਸੇ ਮੈਦਾਨ 'ਤੇ ਮਿਹਨਤ ਕਰਕੇ, ਜਿਨ੍ਹਾਂ ਨੂੰ ਮਾਧਾ ਸਿੰਘ ਹੁਣਾਂ ਨੇ ਮਿਹਨਤ ਕਰਵਾਈ ਹੈ, ਉਹ ਇਸੇ ਮੈਦਾਨ ਦੇ ਵਿੱਚੋਂ ਸਿੱਖਿਆ ਲੈ ਕੇ ਮਿਹਨਤ ਕਰਕੇ ਆਪਣਾ ਦਿਨ ਰਾਤ ਪਸੀਨਾ ਇੱਕ ਕਰਕੇ ਉਹ ਸਿਲੈਕਟ ਹੋ ਚੁੱਕੇ ਨੇ। ਮਾਧਾ ਸਿੰਘ ਜੀ, ਜੇ ਗੱਲ ਕਰੀਏ, ਦਿਮਾਗ ਦੇ ਵਿੱਚ ਇਹ ਕਿੱਦਾਂ ਆਇਆ ਸੀਗਾ ਕਿ ਇਹਨਾਂ ਬੱਚਿਆਂ ਨੂੰ ਤੁਸੀਂ ਪ੍ਰੈਕਟਿਸ ਕਰਵਾਉਣੀ, ਕਿਉਂਕਿ ਤੁਹਾਡੀ ਉਮਰ ਦੇ ਵਿੱਚ ਆਮ ਤੌਰ 'ਤੇ ਲੋਕ ਕਹਿੰਦੇ ਹੁਣ ਰੈਸਟ ਕਰਨ ਦਾ ਟਾਈਮ ਆ, ਆਰਾਮ ਕਰਨ ਦਾ ਟਾਈਮ ਹੈ, ਅਤੇ ਤੁਸੀਂ ਇਹਨਾਂ ਨੂੰ ਆਪਣੀ ਮਿਹਨਤ ਕਰਵਾ ਰਹੇ ਹੋ ਇੰਨੀ ਧੁੱਪ ਦੇ ਵਿੱਚ, ਮੌਸਮ ਵੀ ਜੂਨ ਦਾ ਮਹੀਨਾ ਚੱਲ ਰਿਹਾ, ਕਿੱਦਾਂ ਆਇਆ ਸੀ ਦਿਮਾਗ? ਮੇਰੇ ਮਨ ਦੇ ਵਿੱਚ ਇਹੀ ਖੁਸ਼ੀ ਹੈ ਇੱਕ ਵੀ ਜੇ ਅਸੀਂ ਆਪਦੇ ਪਿੰਡ ਦੇ ਬੱਚੇ ਕੋਈ ਵੀ ਖਿਡਾਰੀ ਪੈਦਾ ਕਰਾਂਗੇ, ਜੇ ਬੱਚੇ ਭਰਤੀ ਹੋਣਗੇ, ਚੰਗੀ ਸੰਗਤ ਮਿਲੂਗੀ ਉਹਨਾਂ ਨੂੰ, ਚੰਗੇ ਵਧੀਆ ਨਰਗਸ ਬਣਨਗੇ, ਵੀ ਆਪਣੇ ਪਿੰਡ ਦਾ ਅਸੀਂ ਇਹੀ ਕਹਿੰਦੇ ਵੀ ਆਪਣੇ ਪਿੰਡ ਦਾ ਜੇ ਬੱਚੇ ਵਧੀਆ ਜੇ ਸਿੱਖਦੇ ਆ, ਵੀ ਨਿੱਕੀ ਨਿੱਕੀਆਂ ਬੱਚੀਆਂ, ਸਾਨੂੰ ਇਹੀ ਖੁਸ਼ੀ ਹੁੰਦੀ ਹੈ ਵੀ ਸਾਡੇ ਪਿੰਡ 'ਚ ਵੀ ਬੂਟੇ ਲੱਗਣ ਲੱਗ ਗਏ ਜੀ। ਪਹਿਲਾਂ ਇੱਥੇ ਜਾਣੇ ਵੀ ਕੋਈ ਇੰਨੀ ਟ੍ਰੇਨਿੰਗ ਨਹੀਂ ਸੀ, ਜਦੋਂ ਦਾ ਮੈਨੂੰ 15 ਸਾਲ ਹੋ ਗਏ ਇੱਥੇ। ਤੁਹਾਡੀ ਗੱਲ ਕਰੀਏ, ਤੁਸੀਂ ਫੌਜ ਦੇ ਵਿੱਚ ਕਦੋਂ ਭਰਤੀ ਹੋਏ ਸੀ, ਕਿੰਨਾ ਸਮਾਂ ਕੰਮ ਕੀਤਾ ਉੱਥੇ, ਸੇਵਾ ਕੀਤੀ ਦੇਸ਼? 71 ਦੇ ਵਿੱਚ ਹੋਇਆ ਸੀ, 71 ਤੋਂ 91  'ਚ ਮੈਂ ਰਿਟਾਇਰ ਹੋਇਆ ਸੀ। ਕਿੰਨਾ ਸਮਾਂ ਸੀਗਾ, ਤੁਸੀਂ ਭਰਤੀ ਕਿੱਦਾਂ ਦਿੱਤੀ ਸੀ ਉਸ ਵਕਤ, ਅਤੇ ਹੁਣ ਤੁਹਾਨੂੰ ਜਿਹੜੀ ਉਹ ਟ੍ਰੇਨਿੰਗ ਉਸ ਵਕਤ ਕੀਤੀ ਸੀ ਉਹ ਤੁਹਾਡੇ ਕੰਮ ਆ ਰਹੀ ਹੈ? ਅਤੇ ਹਾਂ, ਉਹ ਆ ਰਹੀ ਹੈ। ਮੈਂ ਉੱਥੇ ਨਸਲ ਦਾ ਕੌਡੀ ਦਾ ਖਿਡਾਰੀ ਸੀ ਫੌਜ ਦਾ, ਪਹਿਲਾਂ ਮੈਂ ਥਲੈਟਿਕ ਕਰੀ, ਥਲੈਟਿਕ ਤੋਂ ਬਾਅਦ ਫਿਰ ਮੇਰਾ ਥੋੜ੍ਹੇ ਪੈਰ ਖਰਾਬ ਹੋ ਗਏ, ਫਿਰ ਥਲੈਟਿਕ ਤੋਂ ਬਾਅਦ ਨਸਲ ਕੌਡੀ ਕਰੀ, ਫਿਰ ਖੇਡਦੇ ਖੇਡਦੇ ਫਿਰ ਅਸੀਂ ਬੱਚੇ ਉੱਥੇ ਜਿਹੜੇ ਭਰਤੀ ਹੋ ਕੇ ਜਾਂਦੇ ਸੀ ਉਹਨਾਂ ਨੂੰ ਸਿਖਾਉਂਦੇ, ਸੈਂਟਰ 'ਚ ਮੇਰੀ ਪੋਸਟਿੰਗ ਹੋ ਗਈ ਸੀ, ਉੱਥੋਂ ਬਸ ਹੌਲੀ ਹੌਲੀ ਇਹੀ ਸ਼ੌਂਕ ਆ ਮੈਨੂੰ ਪਿੱਛੇ ਤੋਂ, ਮੈਨੂੰ ਕੋਈ ਹੋਰ ਨਹੀਂ, ਵੀ ਸਾਡੇ ਬੱਚੇ ਤਕੜੇ ਹੁੰਦੇ ਆ ਜਦੋਂ ਸਾਨੂੰ ਬੜੀ ਖੁਸ਼ੀ ਹੁੰਦੀ। ਜਦੋਂ ਹੁਣ ਤੁਹਾਡੇ ਲਾਏ ਬੂਟੇ ਵਧੀਆ ਪੋਸਟਾਂ 'ਤੇ ਪਹੁੰਚਦੇ ਨੇ, ਫੌਜ ਦੇ ਵਿੱਚ ਭਰਤੀ, ਪੁਲਿਸ ਦੇ ਵਿੱਚ ਭਰਤੀ ਹੁੰਦੇ ਨੇ, ਤਾਂ ਕਿੰਨੀ ਖੁਸ਼ੀ ਹੁੰਦੀ? ਖੁਸ਼ੀ ਬਹੁਤ ਹੁੰਦੀ ਹੈ ਜੀ, ਐਂ ਹੁੰਦੀ ਹੈ ਜਿਹੜੇ ਸਾਡੇ ਇੱਥੇ ਬੱਚੇ ਚੰਗੇ ਵਧੀਆ ਟ੍ਰੇਨ ਕਰਕੇ ਜਾਂਦੇ ਆ, ਉਹ ਪੂਨੇ PT ਕੋਰਸ ਵਾਸਤੇ ਸਿਲੈਕਟ ਹੁੰਦੇ ਆ, ਜਾਣੇ ਸਾਡੇ ਪਿੰਡ ਦੇ ਬੱਚੇ, ਉਹ ਜਦੋਂ ਆ ਕੇ ਦੱਸਦੇ ਜੀ ਮੈਂ ਪੂਨੇ ਜਾਣਾ, ਹੁਣ ਪੂਨੇ ਦਾ ਸਾਨੂੰ ਪਤਾ ਵੀ ਸਾਡਾ PT ਕੋਰਸ ਪੂਨੇ ਹੁੰਦਾ ਆਰਮੀ ਦਾ, ਅਤੇ ਸਾਨੂੰ ਇੰਨੀ ਖੁਸ਼ੀ ਹੁੰਦੀ ਹੈ ਵੀ ਜੇ ਵਿਚਾਰਿਆਂ ਨੇ ਮਿਹਨਤ ਕਰੀ ਤਾਂ ਵੇਖੇ ਇਹ ਵਧੀਆ ਥਾਂ ਗਏ, ਵਧੀਆ ਪਲੇਅਰ ਆ, ਹੁਣ ਸਾਡੇ ਸੈਂਟਰ ਦੇ ਇੱਥੋਂ ਬੱਚੇ ਗਏ ਆ ਇਹ ਰਾਮਗੜ੍ਹ ਰਾਂਚੀ, ਉਹਨਾਂ ਨੇ ਸੈਂਟਰ 'ਚ ਰੱਖ ਲਏ ਬੱਚੇ, 2-3 ਵੀ ਜਾਣੇ ਵਧੀਆ ਪਲੇਅਰ ਸੀਗੇ, ਅਤੇ ਇਹੀ ਚੀਜ਼ ਆ। ਹੁਣ ਜੇ ਤੁਹਾਡੀ ਗੱਲ ਕਰੀਏ, ਕਿਹੜੀ ਕਿਹੜੀ ਇਹਨਾਂ ਨੂੰ ਇੱਥੇ ਐਕਸਰਸਾਈਜ਼ ਕਰਾਉਂਦੇ ਹੋ, ਕਿਹੜੀ ਕਿਹੜੀ ਮਿਹਨਤ ਕਰਾਉਂਦੇ ਹੋ, ਕਿੱਦਾਂ ਕਿੱਦਾਂ ਕਰਵਾਉਂਦੇ ਹੋ, ਕਿੰਨਾ ਸਮਾਂ ਲਾਉਂਦੇ? ਹਰੇਕ ਚੀਜ਼ ਦੀ ਮਿਹਨਤ ਕਰਾਉਂਦੇ ਹਾਂ ਜੀ, ਰੱਸੇ ਦੀ ਵੀ, ਬੀਮ ਦੀ ਵੀ, ਅਤੇ ਇੱਥੋਂ ਗਰਾਊਂਡ ਦੀ ਵੀ, ਫਿਰ ਅਸੀਂ ਐਵੇਂ ਕਹਿ ਦਈਏ ਰੇਤੇ 'ਚ ਕ੍ਰਾਸ ਕੰਟਰੀਆਂ ਵੀ ਕਰਾਉਂਦੇ ਇਹਨਾਂ ਤੋਂ, ਫਿਰ ਜਾ ਕੇ ਇਹ ਭਰਤੀ ਦੇ ਸੈੱਟ ਹੁੰਦੇ ਆ ਜੀ। ਕਿੰਨਾ ਸਮਾਂ ਤੁਸੀਂ ਪ੍ਰੈਕਟਿਸ ਕਰਵਾਉਂਦੇ ਹੋ, ਸਵੇਰੇ ਸ਼ਾਮ ਕਿੰਨਾ ਸਮਾਂ ਕਰਵਾਉਂਦੇ? ਸਾਨੂੰ ਜਾਣੇ 2 ਘੰਟੇ ਲੱਗ ਜਾਂਦੇ ਆ ਜੀ, ਸੁਬਾਹ ਵੀ ਸ਼ਾਮ ਵੀ ਮਿਹਨਤ ਕਰਾਉਂਦੇ ਕਰਾਉਂਦੇ, ਸਵੇਰੇ ਵੀ 2 ਘੰਟੇ, ਸ਼ਾਮ ਨੂੰ ਵੀ 2? ਹਾਂਜੀ, ਸ਼ਾਮ ਨੂੰ 2 ਘੰਟੇ। ਜਿਹੜੇ ਬੱਚੇ ਇੱਥੇ ਆਉਂਦੇ ਨੇ ਉਹ ਕਿਹੜੇ, ਕਿੰਨੀ ਕੁ ਉਮਰ ਦੇ ਨੇ ਸਾਰੇ, ਕਿੰਨੀ ਕਿੰਨੀ ਉਮਰ? 18 ਸਾਲ, 20 ਦੇ ਵਿੱਚ, 22 ਦੇ ਵਿੱਚ ਬੱਚੇ ਹੈਗੇ ਆ, ਇੰਨੀ ਕੁ ਉਮਰ ਦੇ ਵਿੱਚ, ਉਦੋਂ ਛੋਟੀਆਂ ਬੱਚੀਆਂ ਵੀ ਹੈਗੀਆਂ, ਛੋਟੀਆਂ ਛੋਟੀਆਂ, ਪਰ ਅਤੇ ਜਦੋਂ ਅਸੀਂ ਪਹਿਲਾਂ ਤਿਆਰ ਕਰੀ ਸਾਡੇ 2 ਬੱਚੀਆਂ ਤਿਆਰ ਹੋਈਆਂ,
ਦੋ ਬੱਚੀਆਂ ਦਾ ਇੱਥੇ ਪਿੰਡ ਨੇ ਸਨਮਾਨਿਤ ਕਰਿਆ। ਉਹ ਬੱਚੀਆਂ ਨੂੰ ਵੇਖ ਕੇ ਫਿਰ ਸਾਡੀਆਂ ਬੱਚੀਆਂ ਹੋਰ ਆਉਣ ਲੱਗ ਗਈਆਂ। ਫਿਰ ਅਸੀਂ ਉਹਨਾਂ ਨੂੰ ਹੈਡਲ ਲਿਆ ਕੇ ਦਿੱਤੇ, ਇੱਥੋਂ ਹੈਡਲ ਲਿਆ ਕੇ ਫਿਰ ਹੌਲੀ ਹੌਲੀ ਤਾਂ ਅੱਜ ਸਾਡੀਆਂ ਬੱਚੀਆਂ ਇੰਡੀਆ ਤੱਕ, ਇੰਡੀਆ ਦੇ ਤੀਜੇ ਨੰਬਰ 'ਤੇ ਸਾਡੇ ਪਿੰਡ ਦੀ ਬੱਚੀ ਹੈ। ਜੇ ਅਸੀਂ ਗੱਲ ਕਰੀਏ ਸਹਿਯੋਗ ਕਿਹਦਾ ਕਿਹਦਾ ਮਿਲ ਰਿਹਾ ਤੁਹਾਡੇ ਵੱਲੋਂ, ਕਿਉਂਕਿ ਤੁਸੀਂ ਇੱਕ ਉਪਰਾਲਾ ਕੀਤਾ ਕਿ ਨੌਜਵਾਨਾਂ ਨੂੰ ਇੱਕ ਸੇਧ ਮਿਲੇ, ਕੌਣ ਕੌਣ ਤੁਹਾਡਾ ਇਸ ਕੰਮ ਦੇ ਵਿੱਚ ਮਦਦ ਕਰ ਰਿਹਾ? ਮਦਦ ਜਿਹੜਾ ਹਰਨੇਕ ਸਿੰਘ ਸੀਗਾ ਸਾਡਾ ਇੱਥੇ ਸਾਡੇ ਨਾਲ, ਉਹ ਬੱਚਾ ਇੱਥੋਂ ਸਾਡੇ ਗਰਾਊਂਡ ਤੋਂ ਵਧੀਆ ਮਿਹਨਤ ਕਰਕੇ ਉਹਨੇ ਐਨ ਐੱਸ ਕਰਿਆ। ਐੱਨ ਐੱਸ ਤੋਂ ਬਾਅਦ ਇੱਥੇ ਉਹ ਆਇਆ, ਜਦੋਂ ਪਹਿਲੇ ਐੱਨ ਐੱਸ ਕਰਦਾ ਸੀ ਉਹ ਮੈਨੂੰ ਕਹਿੰਦਾ, ਮੈਂ ਉਹਨੂੰ ਆਖਿਆ ਵੀ ਤੂੰ ਬੱਚੀਆਂ ਦਾ ਛੋਟੀਆਂ ਛੋਟੀਆਂ ਸਾਡੇ ਪਿੰਡ ਦੀਆਂ ਵੀ ਬੱਚੇ ਬਹੁਤ ਹੈ, ਮੈਥੋਂ ਸਮਝਦੇ ਨਹੀਂ ਹੈ। ਉਹ ਉਹਨੇ ਮੈਨੂੰ ਮਨ੍ਹਾ ਕਰਤਾ, ਕਹਿੰਦਾ ਜੀ ਮੈਨੂੰ ਦੋਸ਼ ਲੱਗ ਜੂਗਾ। ਮੈਂ ਆਖਿਆ ਮੈਂ ਤੇਰਾ ਸਾਥ ਦੇਊਂਗਾ। ਜਦੋਂ ਅਸੀਂ ਬੱਚੀਆਂ ਨੂੰ ਬਾਹਰ ਲੈ ਕੇ ਜਾਂਦੇ ਸੀ ਉਹਨਾਂ ਦੇ ਮੈਂ ਨਾਲ ਜਾਂਦਾ ਸੀ। ਅੱਜ ਸਾਡੀਆਂ ਬੱਚੀਆਂ ਐਵੇਂ ਕਹਿ ਦਈਏ ਦੋ ਪੁਲਿਸ 'ਚ ਵਧੀਆ ਇੰਡੀਆ ਦਾ ਪਲੇਅਰ ਹੈ ਬਣੀਆਂ ਹੋਈਆਂ। ਆ ਪੰਜਾਬ ਦੇ ਟਰਾਇਲ ਹੋਏ ਸੀ, ਸਾਡੇ ਪਿੰਡ ਦੀ ਬੱਚੀ ਪੰਜਾਬ ਦੇ ਟਰਾਇਲਾਂ 'ਚ ਫਸਟ ਆਈ ਹੈ, ਇੱਥੇ ਜੱਸੀ ਨਾਂ ਦੀ। ਅਤੇ ਹਰਨੇਕ ਸਿੰਘ ਨੇ ਹੁਣ ਜਿੰਨਾ ਵੀ ਉਹਨੂੰ ਮੈਂ ਸਾਰਾ ਕੁਝ ਸਮਝਾਤਾ, ਹੁਣ ਮੇਰਾ ਤਾਂ ਪ੍ਰੇਸ਼ਨ ਵੀ ਹੋਣਾ ਸੀ ਗੋਡੇ ਦਾ। ਮੈਂ ਕਿਹਾ ਵੀ ਹੁਣ ਤੂੰ ਸਾਂਭ ਲਾ ਵੀ ਮੈਂ ਹੁਣ ਬਈ ਹੌਲੀ ਹੌਲੀ ਆਉਣਾ ਜ਼ਰੂਰ ਹੈ, ਬੱਚੇ ਘਰ ਜਾ ਵੜਦੇ ਜੀ ਤੁਸੀਂ ਜ਼ਰੂਰ ਆਓ ਇੱਥੇ, ਮੈਂ ਆਉਣਾ ਜਾ ਇਸ ਕਰਕੇ ਆਉਣਾ। ਸਰਕਾਰੀ ਨੁਮਾਇੰਦਿਆਂ ਦੀ ਗੱਲ ਕਰੀਏ, ਕੋਈ ਤੁਹਾਡੇ ਤੱਕ ਪਹੁੰਚਿਆ ਵੀ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ, ਉਹਨਾਂ ਦੇ ਵੱਲੋਂ ਤੁਹਾਨੂੰ ਕੋਈ ਮਦਦ ਮਿਲੀ ਹੋਵੇ? ਬਈ ਮਦਦ ਸਾਨੂੰ ਇੱਕ ਵਾਰੀ ਮਿਲੀ ਸੀ ਪ੍ਰਗਟ ਹਾਕੀ ਵਾਲਾ ਆਪਣਾ ਸਪੋਰਟ ਦਾ, ਉਹ ਤਾਂ ਸਪੋਰਟ ਦਾ ਅਫਸਰ ਸੀਗਾ, ਉਹਨੇ ਸਾਨੂੰ ਮਦਦ ਦਿੱਤੀ ਸੀ। ਉਹਨੇ ਸਾਨੂੰ ਸਾਡੇ ਕਾਰਡ ਬਣਾਏ ਸੀ, ਇੱਥੋਂ ਬੰਦਾ ਇੱਕ ਇੱਕ ਬਲਾਕ ਦਾ, ਇੱਕ ਇੱਕ ਪਿੰਡ ਦਾ ਬਲਾਕ, ਸਾਰੇ ਬਲਾਕ ਦਾ ਬੰਦੇ ਸੱਦੇ ਸੀ ਪਿੰਡਾਂ ਦੇ। ਉਹਦੇ ਵਿੱਚ ਮੇਰਾ ਨਾਂ ਗਿਆ ਸੀ। ਉਹ ਕਹਿੰਦੇ ਸੀ ਵੀ ਕੋਈ ਨੌਕਰੀ ਨਹੀਂ ਕਰਦਾ ਚਾਹੁੰਦਾ, ਜਿਹੜਾ ਬੰਦਿਆਂ ਨੂੰ ਮਿਹਨਤ ਕਰਾਉਂਦਾ ਕੋਈ ਨਾ ਹੋਵੇ, ਨੌਕਰੀ ਨਹੀਂ ਕਰਦਾ ਹੋਣਾ ਚਾਹੀਦਾ, ਉਹ ਬੰਦਾ ਆਉਣਾ ਚਾਹੀਦਾ। ਅਤੇ ਉਦੋਂ ਮੈਂ ਗਿਆ ਸੀ, ਫਿਰ ਉਹਨਾਂ ਨੇ ਸਾਡਾ ਕਾਰਡ ਬਣਾਇਆ, ਕਾਰਡ ਬਣਾ ਕੇ ਫਿਰ ਸਾਨੂੰ ਉਹਨਾਂ ਨੇ ਸੱਦਿਆ, ਕਈ ਕਹਿੰਦਾ ਮੈਂ ਵੀ ਤੁਹਾਨੂੰ ਪੈਸੇ ਦੇਊਂਗਾ। ਉਹਨੇ ਸਾਨੂੰ 50,000 ਰੁਪਇਆ ਦਿੱਤਾ, 50,000 ਰੁਪਇਆ। ਜਦੋਂ ਮੈਨੂੰ ਕਹਿੰਦਾ ਵੀ ਤੁਹਾਨੂੰ ਕਾਰਡ, ਮੈਂ ਫੋਨ ਵੀ ਕਰੂੰਗਾ, ਜਦੋਂ ਪੈਸੇ ਉਹ ਸਰਪੰਚ ਕੋਲ ਆਏ ਸੀ, ਪਰ ਲਾਓਗਾ ਕਹਿੰਦਾ ਤੁਸੀਂ ਬਈ ਇਹ ਹੋਰ ਚੀਜ਼ਾਂ 'ਤੇ ਲਾ ਦਿੰਦੇ ਆ, ਬੱਚਿਆਂ ਸਮਾਨ ਲਿਆਉਂਦੇ। ਫਿਰ ਅਸੀਂ ਐਵੇਂ ਕਹਿੰਦੇ 50,000 ਦਾ ਸਮਾਨ ਲਿਆਉਂਦਾ ਇੱਥੇ ਗਰਾਊਂਡ ਦਾ ਬੱਚਿਆਂ ਦਾ। ਅਤੇ ਫਿਰ ਉਹ ਜਾਣੇ ਅਸੀਂ ਮਦਦ, ਉਦੋਂ ਉਹ ਤੋਂ ਉਹਨੇ ਸਾਰਾ ਬੱਚਿਆਂ ਦਾ ਸਮਾਨ ਲਿਆਉਂਦਾ, ਹੈਡਲ ਲਿਆਉਂਦੇ, ਫਿਰ ਕੋਣ ਲਿਆਉਂਦੇ, ਸਾਰਾ ਕੁਛ ਅਸੀਂ ਉਦੋਂ ਲਿਆਉਂਦਾ। ਉਸ ਵਕਤ ਤੁਹਾਨੂੰ ਹੋਰ ਤੁਹਾਡੇ ਕੰਮ ਨੂੰ ਉਤਸ਼ਾਹ ਮਿਲਿਆ ਹੋਣਾ ਵੀ ਕੋਈ ਮਦਦ ਵੀ ਕਰ ਰਿਹਾ? ਮਦਦ ਸਾਡੀ ਪਿੰਡ ਬਹੁਤ ਕਰਦਾ ਜੀ, ਪਿੰਡ ਸਾਨੂੰ ਐਵੇਂ ਕਹਿ ਦਈਏ ਵੀ ਬਹੁਤ ਸਹਿਯੋਗ ਦਿੰਦਾ, ਸਹਿਯੋਗ ਆ ਜਾਂਦਾ ਪਿੰਡ। ਐਵੇਂ ਕਹਿ ਦਈਏ ਵੀ ਜਦੋਂ ਮੈਂ ਹੁਣ ਕਰਾਉਣਾ, ਮੈਨੂੰ ਬਹੁਤ ਹੀ ਵੱਡਾ ਮਾਣ ਮਿਲਦਾ, ਬੱਚੇ ਸਤਿ ਸ਼੍ਰੀ ਅਕਾਲ ਬੋਲਦੇ, ਉਹਨਾਂ ਦੇ ਮਾਂ ਬਾਪ ਬੋਲਦੇ ਜਿਹਨਾਂ ਦੇ ਬੱਚੇ ਭਰਤੀ ਹੋਏ ਹੈ। ਐਵੇਂ ਕਹਿ ਦਈਏ ਵੀ ਮੈਨੂੰ ਇਹੀ ਖੁਸ਼ੀ ਹੈ ਬਈ ਇੱਦੋਂ ਵੱਡਾ ਹੋਰ ਕੀ ਹੋ ਸਕਦਾ। ਫਿਲਹਾਲ ਮਾਧਾ ਸਿੰਘ ਦੀਆਂ ਤੁਸੀਂ ਗੱਲਾਂ ਸੁਣ ਲਈਆਂ, ਇਹਨਾਂ ਨੇ ਕਿੰਨਾ ਉਪਰਾਲਾ ਕੀਤਾ, ਕਿੰਨੀ ਮਿਹਨਤ ਕੀਤੀ ਆ। ਇੱਥੇ ਹੋਰ ਵੀ ਲੋਕ ਇਹਨਾਂ ਦਾ ਸਾਥ ਦਿੰਦੇ ਨੇ, ਬੱਚੇ ਤੁਸੀਂ ਦੇਖ ਰਹੇ ਹੋ ਲਗਾਤਾਰ ਮਿਹਨਤ ਕਰ ਰਹੇ ਨੇ। ਇਹਨਾਂ ਬੱਚਿਆਂ ਦੇ ਨਾਲ ਵੀ ਗੱਲ ਕਰਾਂਗੇ, ਪੁੱਛਾਂਗੇ ਕਿ ਕਿੰਨਾ ਇਹਨਾਂ ਨੂੰ ਇੱਥੇ ਆਣ ਕੇ ਉਤਸ਼ਾਹ ਮਿਲਦਾ ਅਤੇ ਕਿੱਦਾਂ ਦੀ ਟ੍ਰੇਨਿੰਗ ਕਰਦੇ ਆ, ਅਤੇ ਕਿੰਨੀ ਇਹਨਾਂ ਨੂੰ ਖੁਸ਼ੀ ਹੁੰਦੀ ਆ ਕਿ ਇਹਨਾਂ ਦੇ ਨਾਲ ਦੇ ਜਿਹੜੇ ਬੱਚੇ ਇੱਥੇ ਮਿਹਨਤ ਕਰਦੇ ਸੀ ਉਹ ਭਰਤੀ ਹੋ ਚੁੱਕੇ ਨੇ। ਇਸ ਵਕਤ ਅਸੀਂ ਭਾਈ ਰੂਪਾ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ, ਜਿੱਥੇ ਬਹੁਤ ਸਾਰੇ ਬੱਚੇ ਜਿਹੜੇ ਆ ਪ੍ਰੈਕਟਿਸ ਕਰਦੇ ਨੇ, ਛੋਟੇ ਛੋਟੇ ਬੱਚੇ ਵੀ ਜਿਹੜੇ ਆ ਹੁਣੀ ਤੋਂ ਪ੍ਰੈਕਟਿਸ ਸ਼ੁਰੂ ਕਰ ਚੁੱਕੇ ਨੇ, ਅਤੇ ਇਹਨਾਂ ਦਾ ਭਵਿੱਖ ਬਿਲਕੁਲ ਉਜਵਲ ਹੋਣ ਵਾਲਾ, ਅਤੇ ਇਹਨਾਂ ਨੂੰ ਉਜਵਲ ਕਰਨ ਵਾਲੇ ਲੋਕ ਵੀ ਸਾਡੇ ਨਾਲ ਮੌਜੂਦ ਨੇ। ਕਿਵੇਂ ਇਹਨਾਂ ਨੂੰ ਇਹ ਦਿਮਾਗ ਦੇ ਵਿੱਚ ਇਹ ਫੁਰਨਾ ਫੁਰਿਆ ਕਿ ਅਸੀਂ ਇਹਨਾਂ ਬੱਚਿਆਂ ਦੇ ਲਈ ਕੁਛ ਕਰੀਏ, ਸਾਡੇ ਨਾਲ ਇਹ ਮੌਜੂਦ ਨੇ? ਕੀ ਨਾਮ ਜੀ ਤੁਹਾਡਾ? ਗੁਲਜ਼ਾਰ ਸਿੰਘ ਜੀ। ਗੁਲਜ਼ਾਰ ਸਿੰਘ ਜੀ, ਕਿੱਦਾਂ ਇਹ ਦਿਮਾਗ ਦੇ ਵਿੱਚ ਆਇਆ ਕਿ ਇਹਨਾਂ ਬੱਚਿਆਂ ਦੇ ਲਈ ਕੁਝ ਕਰਨਾ ਇਸ ਖੇਡ ਮੈਦਾਨ ਦੇ ਵਿੱਚ? ਮੈਂ 59 'ਚ ਗਿਆ ਸੀ ਨੈਸ਼ਨਲ, ਅਤੇ 60 'ਚ ਫੇਰ ਨੈਸ਼ਨਲ ਗਿਆ, ਖੇਡ ਕੇ ਆਇਆ ਬੰਬੇ ਅਤੇ ਟ੍ਰਿਵੈਂਡਰਮ। ਅੱਛਾ, ਉਸ ਤੋਂ ਮਗਰੋਂ 63 'ਚ ਇੱਥੇ ਮਤਲਬ ਮੈਂ ਟੂਰਨਾਮੈਂਟ, ਪਹਿਲਾ ਟੂਰਨਾਮੈਂਟ ਇੱਥੇ ਮੇਰੀ ਪ੍ਰਧਾਨਗੀ 'ਚ ਹੋਇਆ, ਇੱਥੇ ਸ਼ੁਰੂ ਕੀਤਾ, ਬੱਚਿਆਂ ਨੂੰ ਲਗਨ ਲੱਗੀ, ਬੜੇ ਤਕੜੇ ਖਿਡਾਰੀ ਸਾਡੇ ਪੈਦਾ ਹੋਏ ਜੀ ਕਬੱਡੀ ਦੇ ਵੀ, ਇਸੇ ਕਰਕੇ ਕਿਉਂਕਿ ਟੂਰਨਾਮੈਂਟ ਸ਼ੁਰੂ ਹੋ ਗਿਆ। ਅਤੇ 61 'ਚ ਮੈਂ ਸਪੋਰਟਸ ਕਾਲਜ ਜਲੰਧਰ ਪੜ੍ਹਦਾ ਸੀਗਾ, ਉੱਥੋਂ ਮੈਂ ਖੇਡਣ ਵਾਸਤੇ ਪਾਕਿਸਤਾਨ ਨਾਲ ਜਿਹੜੀ ਕੈਰੋਂ ਹੋਇਆ ਸੀਗਾ ਜੀ, ਉਦੋਂ ਆਪਣੀ ਚੈਂਪੀਅਨਸ਼ਿਪ ਕੈਰੋਂ ਹੋਈ ਸੀ, ਅਤੇ ਕੈਰੋਂ ਹੀ ਆਪਣੇ ਮੁੱਖ ਮੰਤਰੀ ਸੀਗਾ ਜੀ। ਕੈਰੋਂ ਨੇ ਮੈਨੂੰ ਆਫਰ ਕੀਤੀ ASI ਵਾਸਤੇ, ਪਰ ਮੈਂ ਪੁਲਿਸ ਜਾਣਾ ਨਹੀਂ ਸੀ ਚਾਹੁੰਦਾ, ਅਤੇ ਉਦੋਂ ਮੈਂ ਮਤਲਬ ਪੁਲਿਸ ਨਾਲੋਂ ਆਰਮੀ ਨੂੰ ਚੰਗਾ ਸਮਝ ਕੇ ਤਾਂ ਮੈਂ ਆਰਮੀ 'ਚ ਚਲੇ ਗਿਆ, ਅਤੇ ਇੱਧਰ ਨਹੀਂ ਆਇਆ। 61 'ਚ ਮੈਨੂੰ ASI ਵਾਸਤੇ। ਕਬੱਡੀ ਦੇ ਤੁਸੀਂ ਪਲੇਅਰ ਰਹੇ, ਤੁਸੀਂ ਬਹੁਤ ਮਿਹਨਤ ਕੀਤੀ, ਅੱਜ ਬੱਚੇ ਵੀ ਮਿਹਨਤ ਕਰ ਰਹੇ ਨੇ ਤੁਹਾਡੇ, ਜਿੱਦਾਂ ਬਹੁਤ ਮਿਹਨਤ ਕਰ ਰਹੇ ਜੀ ਬੱਚੇ, ਬੜੇ ਬੜੀ ਲਗਨ ਲੱਗੀ ਹੈ ਸਾਡੇ ਪਿੰਡ 'ਚ। ਇਹਨਾਂ ਨੇ ਜਸਵਿੰਦਰ, ਨਿਰਮਲ ਜੀ, ਹੋਰ ਕੋਚ ਸਾਹਿਬ ਸਾਡੇ ਮਾਧੋ ਜੀ, ਇਹ ਬੱਚਿਆਂ ਨਾਲ ਮਤਲਬ ਆਪ ਹੀ ਹਰ ਵਕਤ ਕੋਲ ਮਿਲ ਕੇ ਰਹਿੰਦੇ ਹੈ ਜੀ। ਹਜੇ ਮੈਨੂੰ ਤਾਂ ਥੋੜ੍ਹਾ ਜਿਹਾ ਟਾਈਮ ਘੱਟ ਮਿਲਦਾ, ਅਤੇ ਬਾਕੀ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਉਹਨੀ, ਅਤੇ ਪਰ ਬੜਾ ਇਹ ਹਰ ਵਕਤ ਹੀ 24 ਘੰਟਿਆਂ ਨੂੰ ਹੀ ਇਹ ਟਾਈਮ ਦਿੰਦੇ ਹੈ ਜੀ।
ਕਿਹੋ ਜਿਹਾ ਲੱਗਦਾ ਕਿ ਛੋਟੀ ਉਮਰ ਹੀ ਬੱਚੇ ਹੁਣ ਖੇਡਾਂ ਦੇ ਨਾਲ ਜੁੜ ਗਏ, ਕਿਉਂਕਿ ਜੇ ਪੰਜਾਬ ਦੀ ਗੱਲ ਕਰੀਏ ਤਾਂ ਨਸ਼ਿਆਂ ਦਾ ਕਰੋਪ ਬੜਾ ਚੱਲਣ ਡਿਆ, ਅਤੇ ਇਸ ਸਮੇਂ ਦੇ ਵਿੱਚ, ਇਸ ਆਪਾਂ ਕਹਿ ਲਈਏ ਮਾੜੇ ਸਮੇਂ ਦੇ ਵਿੱਚ, ਇਹ ਨੌਜਵਾਨ ਜਿਹੜੇ ਇਸ ਪਿੰਡ ਦੇ ਉਹ ਖੇਡਾਂ ਨਾਲ ਜੁੜ ਰਹੇ? ਹਾਂਜੀ ਹਾਂਜੀ, ਬੜੀ ਲਗਨ ਲੱਗੀ ਆ ਜੀ, ਬੱਚੇ ਇਸ ਚੀਜ਼ ਤੋਂ ਬਚੇ ਹੈ, ਨਸ਼ਿਆਂ ਤੋਂ ਰਹਿਤ ਹੈ ਸਾਰੇ ਜਿਹੜੇ ਖਿਡਾਰੀ, ਬੱਚੀਆਂ ਆਉਂਦੀਆਂ, ਲੜਕੇ ਆਉਂਦੇ ਆ, ਇੱਥੇ ਤੁਸੀਂ ਦੇਖ ਹੀ ਲਿਆ ਵੀ ਕਿੰਨਾ ਮਤਲਬ ਹੈਗਾ ਪ੍ਰੈਕਟਿਸ 'ਤੇ ਜ਼ੋਰ, ਬਹੁਤ ਬਹੁਤ ਫਰਕ ਪਿਆ ਜੀ ਇਸ ਗੱਲ ਨਾਲ ਨਸ਼ਿਆਂ 'ਤੇ। ਕੀ ਨਾਮ ਜੀ ਤੁਹਾਡਾ? ਸਰਦਾਰ ਨਿਰਮਲ ਸਿੰਘ ਜੀ। ਨਿਰਮਲ ਸਿੰਘ ਜੀ, ਤੁਸੀਂ ਕੀ ਇੱਥੇ ਭੂਮਿਕਾ ਨਿਭਾਉਂਦੇ? ਮੈਂ ਸਰ ਬੋਕਸਿੰਗ ਕੋਚ ਹਾਂ ਜੀ ਇੱਥੇ, ਸਾਡਾ ਜਿਹੜਾ ਕਲੱਬ 1963 ਤੋਂ ਚੱਲ ਰਿਹਾ, ਅਤੇ ਅਸੀਂ ਇੱਥੇ 2009-10 'ਚ ਬੋਕਸਿੰਗ ਸ਼ੁਰੂ ਕੀਤੀ ਹੈ। ਮੈਂ ਆਪ 2 ਵਾਰ ਨੈਸ਼ਨਲ ਮੈਡਲਿਸਟ ਹੈ ਸਰ ਜੀ, ਪੰਜਾਬ 'ਚੋਂ ਮੈਡਲ ਹੈ, ਅਤੇ ਸਾਡੇ ਇੱਕ ਬੱਚਾ 2 ਵਾਰ ਵਰਲਡ ਚੈਂਪੀਅਨਸ਼ਿਪ 'ਚ ਪਾਰਟੀਸਪੇਟ ਕਰਕੇ ਬਰੌਂਜ ਮੈਡਲ ਉਹਨੇ ਲਿਆ, ਅਤੇ ਭਾਈ ਰੂਪੇ ਦਾ ਅਤੇ ਆਪਦੇ ਪਿੰਡ ਦਾ ਨਾਂ ਚਮਕਾਇਆ। ਇਸ ਟਾਈਮ ਉਹ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਹਿਬੋਂ ਪੜ੍ਹ ਰਹੀ ਹੈ, ਅਤੇ ਤਲਵੰਡੀ ਸਾਹਿਬੋ ਹੀ ਸਾਡੇ ਸਪੋਰਟਸ ਡਿਪਾਰਟਮੈਂਟ ਦੇ ਕੋਚ ਹੈ ਹਰਦੀਪ ਸਿੰਘ ਜੀ, ਉਹ ਉਹਨਾਂ ਨੂੰ ਹੋਰ ਤਿਆਰੀ ਕਰਾ ਰਹੇ ਹੈ। ਕਾਫੀ ਬੱਚੇ ਜਿਹੜੇ ਸਾਡੇ ਕੋਲ ਇੱਥੇ ਲਗਾਤਾਰ ਟ੍ਰੇਨਿੰਗ ਕਰ ਰਹੇ ਨੇ, ਲਗਭਗ ਅਸੀਂ 3-4 ਟੂਰਨਾਮੈਂਟ ਜਿਹੜੇ ਬੋਕਸਿੰਗ ਦੇ ਸਟੇਟ ਲੈਵਲ ਦੇ ਉਹ ਵੀ ਇੱਥੇ ਭਾਈ ਰੂਪਾ 'ਚ ਕਰਾ ਚੁੱਕੇ ਹਾਂ। ਬਾਕੀ ਸਾਰੇ ਸਾਡੇ ਕੋਚ ਰਲ ਮਿਲ ਕੇ ਅਸੀਂ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਕਰਾ ਰਹੇ ਹਾਂ, ਜਿਹੜਾ ਕਿ ਨਸ਼ਿਆਂ ਤੋਂ ਦੂਰ ਆ ਬੱਚੇ, ਪਿੰਡ ਦਾ ਨਾਂ ਰੋਸ਼ਨ ਕਰਨ। ਜੇ ਗੱਲ ਕਰੀਏ ਮਾਧਵ ਸਿੰਘ ਹੁਣਾਂ ਨੇ, ਜਿੱਦਾਂ ਇੱਕ ਆਪਾਂ ਕਹਿ ਲਈਏ ਵੀ ਇੱਕ ਚਿਣਕ ਛਿੜੀ ਬੱਚਿਆਂ ਦੇ ਵਿੱਚ ਹੁਣ ਇੱਕ, ਕਿਉਂਕਿ ਜੇ ਅਸੀਂ ਦੇਖੀਏ ਬਜ਼ੁਰਗਾਂ ਦੀ ਉਮਰ ਦੇ ਵਿੱਚ ਆਮ ਤੌਰ 'ਤੇ ਲੋਕ ਰੈਸਟ ਕਰਨਾ ਜ਼ਿਆਦਾ ਵਧੀਆ ਸਮਝਦੇ ਵੀ ਹੁਣ ਉਮਰ ਹੋ ਗਈ ਹੁਣ ਆਰਾਮ ਕਰ ਲਈ, ਪਰ ਇਹ ਬੱਚਿਆਂ ਨੂੰ ਇੰਨੀਆਂ ਸਿੱਖਿਆ ਦੇ ਰਹੇ, ਤੁਸੀਂ ਤੁਹਾਨੂੰ ਕਿਹੋ ਜਿਹੀ ਇਹਨਾਂ ਤੋਂ ਸਿੱਖਿਆ ਮਿਲੀ? ਨਹੀਂ, ਸਾਨੂੰ ਵਧੀਆ ਲੱਗਿਆ ਜੀ। ਦੇਖੋ ਅਸੀਂ ਸਕੂਲ ਟਾਈਮ ਤੋਂ ਖੇਡਦੇ ਆ ਰਹੇ ਸੀ, ਫਿਰ ਆਹ ਕੋਚਿੰਗ ਲਾਈਨ 'ਚ ਪੈ ਗਏ, ਮਾਧਾ ਸਿੰਘ ਕੋਚ ਸਾਹਿਬ ਸਾਡੇ ਬਹੁਤ ਟਾਈਮ ਤੋਂ ਟ੍ਰੇਨਿੰਗ ਕਰਾ ਰਹੇ ਆ। ਅਸੀਂ ਸਵੇਰੇ ਵੀ ਅੱਜ ਗੱਲ ਕਰ ਰਹੇ ਸੀ ਵੀ ਕੋਚ ਸਾਹਿਬ ਤੁਸੀਂ ਰੈਸਟ ਕਰਿਆ ਕਰੋ ਵੀ ਤੁਸੀਂ ਗੋਡੇ ਦਾ ਆਪਰੇਟ ਕਰਾਉਣਾ ਹੈ, ਇਹ ਕਹਿੰਦੇ ਵੀ ਆਪਰੇਟ ਕਰਾ ਕੇ ਹੀ ਬੈਠਾਂਗਾ ਮੈਂ, ਫਿਰ ਤੁਸੀਂ ਫਿਰ ਵੀ ਨਹੀਂ ਬੈਠਣਾ, ਤੁਸੀਂ ਫਿਰ ਵੀ ਆਪਰੇਟ ਕਰਕੇ 6 ਮਹੀਨੇ ਰੈਸਟ ਤਾਂ ਕੀ ਕਰਨੀ ਆ, ਗਰਾਊਂਡ ਹੀ ਆ ਕਰੋਗੇ। ਮਤਲਬ ਬੱਚਿਆਂ ਨੂੰ ਇਹਨਾਂ ਨੇ ਬਹੁਤ ਸੇਧ ਦਿੱਤੀ ਹੈ, ਤਕਰੀਬਨ ਸਾਰੇ ਸਾਡੇ ਗਰੁੱਪਾਂ ਨੂੰ ਵਧੀਆ ਸਪੋਰਟ ਕਰਦੇ ਜੀ। ਇਹੀ ਇੱਕ ਖਿਡਾਰੀ ਦੀ ਪਹਿਚਾਣ ਹੁੰਦੀ ਹੈ ਕਿ ਭਾਵੇਂ ਜਿੰਨਾ ਮਰਜ਼ੀ ਦੁੱਖ ਹੋਵੇ ਉਹ ਕਦੇ ਵੀ ਬੈਠ ਨਹੀਂ ਸਕਦਾ, ਕਿਉਂਕਿ ਉਹਦੇ ਪੈਰ ਦੇ ਵਿੱਚ ਇੱਕ ਚੱਕਰ ਬਣ ਜਾਂਦਾ, ਅਕਸਰ ਇੱਕ ਬਜ਼ੁਰਗ ਕਹਿ ਦਿੰਦੇ ਨੇ। ਕੀ ਨਾਮ ਜੀ ਤੁਹਾਡਾ? ਅਮਨਦੀਪ ਬੰਸਲਾ ਜੀ। ਅਮਨਦੀਪ, ਤੁਸੀਂ ਕੀ ਭੂਮਿਕਾ ਨਿਭਾਉਂਦੇ? ਮੈਂ ਜੀ ਇੱਥੇ ਖਜਾਨਚੀ ਹਾਂ ਜੀ, ਕੈਸ਼ੀਅਰ ਹਾਂ ਸਪੋਰਟਸ ਕਲੱਬ ਦਾ ਜੀ, 2012 ਤੋਂ ਜੀ। ਗੱਲ ਕਰੀਏ ਬੱਚਿਆਂ ਦੀ, ਸਾਰਾ ਕੁਛ ਰਿਫਰੈਸ਼ਮੈਂਟ ਵੀ ਮਿਲਣ ਲੱਗ ਗਈ ਹੈ, ਕੀ ਇਹਦੇ ਪਿੱਛੇ ਕਲੱਬ ਰਜਿਸਟਰ ਹੋਈ ਹੈ? ਨਹੀਂ, ਕਲੱਬ ਤਾਂ ਸਾਡਾ ਰਜਿਸਟਰ ਸਰ ਪਹਿਲਾਂ ਤੋਂ ਹੀ ਰਜਿਸਟਰ ਹੈ ਜੀ। ਹਾਂਜੀ ਸਰ, ਇਹ ਸਪੋਰਟਸ ਵਿੰਗ ਸਪੋਰਟਸ ਡਿਪਾਰਟਮੈਂਟ ਵੱਲੋਂ ਬਿੱਲ ਮਿਲ ਰਿਹਾ ਬੱਚਿਆਂ ਨੂੰ ਜੀ, ਵਿੰਗ ਚੱਲਦੇ ਆ ਜੀ ਇੱਥੇ। ਹਾਂ, ਸਾਡੇ ਕੋਚ ਨੇ ਆਪਣਾ ਹਰਨੇਕ ਸਿੰਘ ਜੀ ਇੰਨਾ। ਹਾਂਜੀ, ਕੀ ਨਾਮ ਜੀ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ, ਵੇਟ ਲਿਫਟਿੰਗ ਕੋਚ ਹਾਂ ਮੈਂ, ਉਰੇ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਮੈਂ ਜੋਬ ਵੀ ਕਰਦਾ, ਅਤੇ ਵੱਖਰਾ ਟਾਈਮ ਕੱਢ ਕੇ ਮੈਂ ਆਪਣੀ ਡਿਊਟੀ ਤੋਂ ਸਪੈਸ਼ਲੀ ਲਗਾਤਾਰ 1997 ਤੋਂ ਲੈ ਕੇ ਕੰਟੀਨਿਊ ਬੱਚਿਆਂ ਨਾਲ ਜੁੜਿਆ ਹੋਇਆ, ਉਹਨਾਂ ਨੂੰ ਟ੍ਰੇਨਿੰਗ ਕਰਾ ਰਹੇ ਹਾਂ। ਜੇ ਬੱਚਿਆਂ ਦੀ ਗੱਲ ਕਰੀਏ, ਬੱਚੇ ਕਿੰਨੇ ਖੁਸ਼ ਨੇ ਇੱਥੇ ਆਣ ਕੇ, ਕਿਉਂਕਿ ਆਮ ਤੌਰ 'ਤੇ ਦੇਖਿਆ ਜਾਵੇ ਤਾਂ ਬਾਕੀ ਪਿੰਡਾਂ ਦੇ ਵਿੱਚ ਅਜਿਹੀ ਮਿਸਾਲ ਨਹੀਂ ਮਿਲਦੀ, ਖਾਸ ਕਰਕੇ ਭਾਈ ਰੂਪਾ ਦੇ ਵਿੱਚ ਹੀ ਮੈਂ ਦੇਖਿਆ ਕਿ ਖੇਡ ਮੈਦਾਨ ਪੂਰਾ ਭਰਿਆ ਹੋਇਆ ਖਚਾ ਖਚ ਬੱਚਿਆਂ ਦੇ ਨਾਲ, ਕਿੰਨੀ ਖੁਸ਼ੀ ਹੁੰਦੀ ਹੈ ਖੁਦ ਨੂੰ? ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ। ਮੈਂ ਪਟਿਆਲੇ ਮਹਿੰਦਰਾ ਕਾਲਜ ਪੜ੍ਹਿਆ ਤਾਂ ਮੇਰਾ ਇੱਕ ਉੱਥੇ ਸੁਪਨਾ ਲਿਆ ਸੀਗਾ ਮੈਂ ਖੁਦ ਨੇ ਵੀ ਮੇਰੇ ਪਿੰਡ ਵੀ ਯਾਰ ਇਸ ਤਰ੍ਹਾਂ ਦਾ ਕੋਈ ਮਾਹੌਲ ਸਿਰਜ ਲਈਏ, ਤਾਂ ਅਸੀਂ ਉਸ ਨੂੰ ਜਦੋਂ ਮਿਹਨਤ ਇੱਥੇ ਆ ਕੇ ਕੀਤੀ, ਮਾਸਟਰ ਗੁਲਜ਼ਾਰ ਹੋਰਾਂ ਜਿਹੜੇ ਪੁਰਾਣੇ ਸਾਡੇ ਪਲੇਅਰ ਸੀ ਉਹਨਾਂ ਨੂੰ ਮਿਲੇ ਅਸੀਂ ਸਾਰੇ, ਤਾਂ ਅਸੀਂ ਇੱਕ ਇੱਥੇ ਜਿਹੜੀ ਬਾਬਾ ਭਾਈ ਰੂਪਚੰਦ ਸਪੋਰਟਸ ਕਲੱਬ ਬਣਿਆ ਹੋਇਆ, ਮੈਂ ਵੀ ਉਹਦਾ ਪ੍ਰੈਜੀਡੈਂਟ ਰਿਹਾ 2007-12 ਤੱਕ, ਅਤੇ ਉਹਦੇ ਵਿੱਚ ਅਸੀਂ ਰਲ ਮਿਲ ਕੇ ਇਹ ਜਿਹੜਾ ਤੁਸੀਂ ਸਟੇਡੀਅਮ ਦੇਖ ਰਹੇ ਹੋ ਬਣੀ ਬਿਲਡਿੰਗ ਪੌੜੀਆਂ, ਇਹ ਸਾਰੀਆਂ ਹੀ ਅਸੀਂ ਆਪਦੇ ਯਤਨਾਂ ਦੇ ਨਾਲ ਸਰਕਾਰ ਤੋਂ ਗ੍ਰਾਂਟਾਂ ਲੈ ਕੇ ਬਣਾਈਆਂ, ਅਤੇ ਇਹਦੇ ਨਾਲ ਬੱਚਿਆਂ ਦਾ ਖੁਸ਼ ਤਾਂ ਬੱਚੇ ਹੁੰਦੇ ਹੀ ਆ, ਤਾਂ ਬੱਚਿਆਂ ਨੂੰ ਜਿਹੜੇ ਬੱਚੇ ਤਗਮੇ ਜਿੱਤਦੇ ਆ, ਤਾਂ ਸਾਡੇ ਇੰਟਰਨੈਸ਼ਨਲ ਜਿਹੜੇ ਪਲੇਅਰ ਆ ਇੱਥੋਂ ਪੈਦਾ ਅਸੀਂ ਕੀਤੇ ਆ, ਔਰ ਅਸੀਂ ਜਿਸ ਤਰ੍ਹਾਂ ਕੋਚਿੰਗ ਪ੍ਰੋਫੈਸ਼ਨ ਦੇ ਵਿੱਚ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਸਹੁੰ ਖਾਓ ਵੀ ਅਸੀਂ ਦੇਸ਼ ਲਈ ਖਿਡਾਰੀ ਪੈਦਾ ਕਰਾਂਗੇ, ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਅਸੀਂ ਇੰਟਰਨੈਸ਼ਨਲ ਜਿਹੜੇ ਲੈਵਲ ਦੀ ਇੰਡੀਆ ਨੂੰ ਪਲੇਅਰ ਦਿੱਤੇ ਆ, ਤਾਂ ਇੱਥੇ ਮਾਹੌਲ ਆਟੋਮੈਟਿਕ ਹੀ ਜਦੋਂ ਸਾਡਾ ਜਿਹੜਾ ਸੁਪਨਾ ਪੂਰਾ ਹੋਇਆ ਜਦੋਂ ਅਸੀਂ ਦੇਖਦੇ ਹਾਂ ਇਹਨੂੰ ਬੱਚਿਆਂ ਨੂੰ ਦੇਖਦੇ ਹਾਂ, ਤਾਂ ਇੱਕ ਅਨੋਖੀ ਜਿਹੀ ਖੁਸ਼ੀ ਮਿਲਦੀ ਹੈ ਸਾਨੂੰ, ਅਤੇ ਘਰ ਜਾ ਕੇ ਸਾਨੂੰ ਉਸ ਤੋਂ ਵੀ ਜ਼ਿਆਦਾ ਜਿਹੜਾ ਖਾਣਾ ਸਵਾਦ ਲੱਗਦਾ ਜਦੋਂ ਅਸੀਂ ਬੱਚਿਆਂ ਕੋਲੋਂ ਜਾਂਦੇ ਹਾਂ। ਇਹ ਤਾਂ ਗੱਲ ਬਹੁਤ ਵਧੀਆ ਕਿ ਜਦੋਂ ਅਸੀਂ ਮਿਹਨਤ ਕਰਦੇ ਹਾਂ ਅਤੇ ਮਿਹਨਤ ਦਾ ਮੁੱਲ ਪੈ ਜਾਂਦਾ ਅਤੇ ਉਦੋਂ ਆਪਣੇ ਆਪ ਨੂੰ ਬਹੁਤ ਖੁਸ਼ੀ ਹੁੰਦੀ। ਹਾਂਜੀ, ਬਹੁਤ ਟੂਰਨਾਮੈਂਟ ਵੀ ਕੰਟੀਨਿਊ ਫਿਰ ਕਰਾਉਂਦੇ ਹਾਂ, ਹੁਣ ਅਸੀਂ ਲਗਾਤਾਰ ਕਬੱਡੀ ਦੇ ਟੂਰਨਾਮੈਂਟ ਐਥਲੈਟਿਕਸ ਦੇ ਵਿੱਚ ਈਵੈਂਟ ਰੱਖਦੇ ਹਾਂ, ਜਿਹੜੀ ਵੇਟ ਲਿਫਟਿੰਗ ਹੈ ਸਾਡੀ ਵੇਟ ਲਿਫਟਿੰਗ ਦੇ ਦੀ ਅਸੀਂ ਕੰਪੀਟੀਸ਼ਨ ਇੱਥੇ ਕਰਾਉਂਦੇ ਹਾਂ, ਇੱਕ ਪੰਜਾਬ ਸਟੇਟ ਚੈਂਪੀਅਨਸ਼ਿਪ ਅਸੀਂ ਇੱਥੇ ਕਰਾਈ ਆ ਜਿਹਦੀ ਨੈਸ਼ਨਲ ਪਟਨਾ ਸਾਹਿਬ ਵਿਖੇ ਹੋਈ, ਉੱਥੇ ਸਾਡੇ ਇੱਕ ਵੇਟ ਲਿਫਟਰ ਨੇ ਇੰਡੀਆ ਦਾ ਜਿਹੜਾ ਸਨੈਚ ਦਾ 136 ਦਾ ਰਿਕਾਰਡ ਸੀਗਾ, 137 ਨਾਲ ਉਹਨੇ ਨਵਾਂ ਰਿਕਾਰਡ ਇੰਡੀਆ ਦਾ ਇੱਥੋਂ ਦੇ ਖਿਡਾਰੀ ਨੇ ਬਣਾਇਆ ਗੁਰਪਿੰਦਰ ਸਿੰਘ ਨੇ, ਔਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇੱਥੋਂ ਦੀਆਂ ਦੋ ਲੜਕੀਆਂ ਨੇ ਉਹਨਾਂ ਨੇ ਪੁਰਾਣੇ
ਬੇਟਾ ਜੀ ਮੇਰਾ ਇਹਨਾਂ ਨੇ ਦੱਸ ਦਿੱਤਾ, ਮੈਂ ਕਿਉਂਕਿ ਮੈਂ ਪਲੇਅਰ ਗਿਣਦਾ ਇੱਥੇ ਆਇਆ ਨੂੰ, ਅਸੀਂ ਬੱਚਾ ਨਹੀਂ, ਬੱਚੇ ਸਾਰਿਆਂ ਨੂੰ ਗਿਣਦੇ ਹਾਂ, ਇਸ ਕਰਕੇ ਅਸੀਂ ਉਹਨੂੰ ਬੇਟਾ ਨਹੀਂ ਕਹਿੰਦੇ, ਉਹਨੂੰ ਪਲੇਅਰ ਕਹਿੰਦੇ ਹਾਂ, ਕਿਉਂਕਿ ਸਾਡੇ ਸਾਰੇ ਪਲੇਅਰ ਆ, ਇਸ ਕਰਕੇ ਜਦੋਂ ਅਸੀਂ ਉਹਨੂੰ ਆਪਣਾ ਬੱਚਾ ਕਹਾਂਗੇ ਤਾਂ ਫਿਰ ਦੂਸਰਿਆਂ ਨੂੰ ਐਂ ਲੱਗੂਗਾ ਵੀ ਉਹਨਾਂ ਨੂੰ ਕਰਾਉਂਦੇ ਸਾਨੂੰ ਨਹੀਂ ਕਰਾਉਂਦੇ, ਪਰ ਅਸੀਂ ਇਹਨਾਂ ਬੱਚਿਆਂ ਨੂੰ ਵੀ ਉਸੇ ਤਰ੍ਹਾਂ ਹੀ ਸਮਝਦੇ ਹਾਂ। ਇੱਥੇ ਸਾਡੇ ਤੋਂ ਕੋਚ ਸਾਹਿਬ ਹੋਰ ਵੀ ਮੌਜੂਦ ਨੇ, ਹਰਨੇਕ ਸਿੰਘ ਵੀ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ, ਪੁੱਛਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਤਜ਼ਰਬਾ ਹੈਗਾ, ਬੱਚਿਆਂ ਦੇ ਨਾਲ ਕਿੱਦਾਂ ਦਾ ਮਾਹੌਲ ਹੈਗਾ ਇਸ ਗਰਾਊਂਡ ਦੇ ਵਿੱਚ, ਅਤੇ ਬੱਚੇ ਕਿਹੋ ਜਿਹਾ ਮਹਿਸੂਸ ਕਰਦੇ ਨੇ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ, ਅਤੇ ਕੀ ਸਹੂਲਤਾਂ ਇਸ ਖੇਡ ਮੈਦਾਨ ਦੇ ਵਿੱਚ ਬੱਚਿਆਂ ਨੂੰ ਮਿਲ ਜਾਣੀਆਂ ਉਹਦੇ ਬਾਰੇ ਵੀ ਗੱਲ ਕਰਾਂਗੇ। ਫਿਰ ਕੋਚ ਸਾਹਿਬ ਸਾਡੇ ਨਾਲ ਮੌਜੂਦ ਨੇ, ਇਹਨਾਂ ਦੇ ਨਾਲ ਗੱਲ ਕਰਾਂਗੇ, ਬੱਚੇ ਜਿਹੜੇ ਇੱਥੇ ਮਿਹਨਤ ਕਰਦੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਪਹਿਲਾਂ ਕੋਚ ਸਾਹਿਬ ਤੋਂ ਪੁੱਛਦੇ ਹਾਂ, ਕੋਚ ਸਾਹਿਬ ਜੇ ਗੱਲ ਕਰੀਏ ਬੱਚੇ ਕਿੰਨੀ ਮਿਹਨਤ ਕਰਦੇ ਨੇ ਇੱਥੇ ਅਕੈਡਮੀ ਦੇ ਬਾਰੇ ਦੱਸੋ ਵੀ ਕਿੱਦਾਂ ਰਜਿਸਟਰ ਹੋਈ ਹੈ, ਬੱਚਿਆਂ ਨੂੰ ਕੀ ਸਹੂਲਤਾਂ ਮਿਲ ਰਹੀਆਂ ਨੇ? ਸਰ ਜਿਹੜੀ ਸਾਡਾ ਕਲੱਬ ਆ ਉਹ ਤਾਂ ਪੁਰਾਣਾ ਹੀ ਰਜਿਸਟਰਡ ਚੱਲ ਰਿਹਾ, ਸਪੋਰਟਸ ਕਲੱਬ ਭਾਈ ਰੂਪਾ, ਬਾਬਾ ਭਾਈ ਰੂਪ ਚੰਦ ਦੇ ਨਾਮ 'ਤੇ ਆ। ਜਿਹੜੇ ਹੁਣ ਸਾਡੀਆਂ ਨਵੇਂ ਵਿੰਗ ਜਾਂ ਅਕੈਡਮੀ ਜਿਹੜੀਆਂ ਇਹ ਰਜਿਸਟਰਡ ਹੋਈਆਂ, ਇਹ 2008-09 ਤੋਂ ਲਗਾਤਾਰ ਸਾਨੂੰ ਸਕੂਲ ਦੇ ਸਪੋਰਟਸ ਵਿਭਾਗ ਵੱਲੋਂ ਵਿੰਗ ਦਿੱਤੇ ਜਾ ਰਹੇ ਨੇ, ਕਿਉਂਕਿ ਸਾਡੇ ਬੱਚੇ ਚੰਗਾ ਖੇਡਦੇ ਆ ਅਤੇ ਚੰਗਾ ਖੇਡ ਕੇ ਉਹ ਚੰਗੇ ਮੈਡਲ ਲੈਂਦੇ ਆ, ਚੰਗੀਆਂ ਪ੍ਰਾਪਤੀਆਂ ਕਰਦੇ ਆ, ਉਸਦੇ ਆਧਾਰ 'ਤੇ ਸਾਨੂੰ ਇਹ ਜਿਹੜਾ ਸਪੋਰਟਸ ਦਾ ਵਿੰਗ ਮਿਲਦਾ। ਇਸ ਵਾਰੀ ਸਾਨੂੰ ਵਧੀਆ ਖੁਸ਼ੀ ਆ, ਕਿਉਂਕਿ ਇਸ ਵਾਰੀ ਜਿਹੜਾ ਸਾਨੂੰ ਵਿੰਗ ਮਿਲਿਆ ਉਹ ਸਾਡੇ ਪਿੰਡ ਨੂੰ 35 ਸੀਟਾਂ ਮਿਲੀਆਂ, ਕਿਉਂਕਿ ਹਰ ਵਾਰੀ 14 ਜਾਂ 15 ਜਾਂ 18 ਸੀਟਾਂ ਰਹਿ ਜਾਂਦੀਆਂ, ਇਸ ਵਾਰੀ ਸਭ ਤੋਂ ਵੱਧ ਸੀਟਾਂ ਮਿਲੀਆਂ ਸਾਡੇ ਪਿੰਡ ਨੂੰ। ਰਿਫਰੈਸ਼ਮੈਂਟ ਕੀ ਮਿਲਦੀ? ਹਾਂ, ਰਿਫਰੈਸ਼ਮੈਂਟ ਦੇ ਵਿੱਚ ਇਹ ਆ ਜੀ, ਬੱਚੇ ਨੂੰ ਡੇਲੀ 100 ਰੁਪਿਆ ਡਾਇਟ ਆਉਂਦੀ ਹੈ, ਜਿਸ ਦੇ ਵਿੱਚ 4 ਕੇਲੇ ਆਉਂਦੇ ਹੈਗੇ, 2 ਪੈਕਟ ਜਿਹਦੇ ਵਿੱਚ ਛੋਟੇ ਛੋਟੀਆਂ ਪੈਕਟ ਆਉਂਦੇ ਹੈਗੇ ਉਹਦੇ ਵਿੱਚ ਬਦਾਮ ਹੁੰਦੇ ਆ, ਅਤੇ 2 ਪੈਕਟ ਦੁੱਧ ਦੇ ਹੁੰਦੇ ਆ ਜੀ, ਹਰ ਰੋਜ਼ ਆਉਂਦੇ ਆ ਮੋਰਨਿੰਗ ਅਤੇ ਈਵਨਿੰਗ ਦੇ। ਹਾਂਜੀ, ਬੱਚੇ ਬਹੁਤ ਖੁਸ਼ ਨੇ ਜੀ, ਕਿਉਂਕਿ ਇੱਕ ਤਾਂ ਇਹ ਆ ਵੀ ਬੱਚਿਆਂ ਦਾ ਜਿਹੜਾ ਵਿਹਲਾ ਸਮਾਂ ਗਾ ਉਹ ਗਰਾਊਂਡ ਦੇ ਵਿੱਚ ਬਤੀਤ ਹੁੰਦਾ, ਬਾਕੀ ਇਹ ਆ ਵੀ ਹੁਣ ਸ਼ੌਕੀਆ ਤੌਰ 'ਤੇ ਹੁੰਦੇ ਆ, ਅੱਜ ਇਹਨਾਂ ਦਾ ਪ੍ਰੋਫੈਸ਼ਨ ਬਣਦਾ ਜੀ। ਬਹੁਤ ਖੁਸ਼ੀ ਦੀ ਗੱਲ ਆ, ਬੱਚੇ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਵੀ ਗੱਲ ਕਰਦੇ ਹਾਂ, ਇਹਨਾਂ ਤੋਂ ਵੀ ਪੁੱਛਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਇੱਥੇ ਆਣ ਕੇ ਕਿਹੋ ਜਿਹਾ ਲੱਗਦਾ? ਬੱਚੇ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਲਵਪ੍ਰੀਤ ਕੌਰ ਹੈ। ਕਿਹੜੀ ਖੇਡ ਕਰਦੇ? ਵੇਟਲਿਫਟਿੰਗ ਕਰਦੀ ਹਾਂ। ਕਿਹੋ ਜਿਹਾ ਲੱਗਦਾ, ਕਿਹੋ ਜਿਹੀਆਂ ਸਹੂਲਤਾਂ ਇੱਥੇ ਮਿਲ ਰਹੀਆਂ ਨੇ, ਕੀ ਕਹਿਣਾ ਚਾਹੋਗੇ? ਮੈਨੂੰ ਬਹੁਤ ਵਧੀਆ ਲੱਗਦਾ, ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੀ ਹਾਂ। ਮੈਂ ਇਸ ਗਰਾਊਂਡ ਵਿੱਚ ਪ੍ਰੈਕਟਿਸ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਦੀ ਹਾਂ। ਅਤੇ ਜੇ ਗੱਲ ਕਰੀਏ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਮਿਹਨਤ ਕਰਦੇ ਨੂੰ, ਅਤੇ ਕੋਚ ਜਿਹੜੇ ਤੁਹਾਨੂੰ ਮਿਹਨਤ ਕਰਵਾਉਂਦੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਮੈਨੂੰ ਤਕਰੀਬਨ 3 ਸਾਲ ਹੋ ਚੁੱਕੇ ਨੇ ਮੈਂ ਪ੍ਰੈਕਟਿਸ ਕਰਦੀ ਹਾਂ ਇੱਥੇ, ਮੈਨੂੰ ਬਹੁਤ ਵਧੀਆ ਲੱਗਦਾ। ਕੋਚ ਸਰ ਵੀ ਬਹੁਤ ਧਿਆਨ ਦਿੰਦੇ ਆ ਪ੍ਰੈਕਟਿਸ ਵਾਲੀ, ਅਤੇ ਬਹੁਤ ਵਧੀਆ ਪ੍ਰੈਕਟਿਸ ਕਰਵਾਉਂਦੇ ਸਾਨੂੰ। ਕੀ ਨਾਮ ਜੀ? ਸਰ ਮੇਰਾ ਨਾਮ ਜਸਪ੍ਰੀਤ ਕੌਰ ਹੈ ਜੀ। ਕਿਹੋ ਕਿਹੜੀ ਖੇਡ ਖੇਡਦੇ ਹੋ ਤੁਸੀਂ, ਕਿੰਨੀ ਮਿਹਨਤ ਕਰਦੇ ਹੋ? ਸਰ ਮੈਂ ਐਥਲੈਟਿਕ ਦੇ ਵਿੱਚ 100 ਮੀਟਰ ਹਰਡਲ ਕਰਦੀ ਹਾਂ, 100 ਮੀਟਰ ਫਲੈਟ ਵੀ ਕਰਦੀ ਹਾਂ। ਸਰ ਮੈਨੂੰ 10 ਸਾਲ ਹੋ ਗਏ ਇੱਥੇ ਪ੍ਰੈਕਟਿਸ ਕਰਦੀ ਨੂੰ, ਅਤੇ ਮੇਰੇ ਮਤਲਬ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਬੀਪੀਐਡ ਕੀਤੀ ਹੋਈ ਆ, ਅਤੇ ਮੈਨੂੰ ਮਤਲਬ ਕਿ ਮੈਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚੋਂ ਵੀ ਮੇਰਾ ਮੈਡਲ ਹੈ ਹਰਡਲ ਦੇ ਵਿੱਚ, ਅਤੇ ਹੁਣ ਲਾਸਟ ਈਅਰ ਆਲ ਇੰਡੀਆ ਪੁਲਿਸ ਹੋਈ ਸੀ, ਉਸਦੇ ਵਿੱਚ ਵੀ ਮੈਂ ਰਿਕਾਰਡ ਬ੍ਰੇਕ ਕੀਤਾ, 2002 ਦਾ ਰਿਕਾਰਡ ਸੀ 10 ਸਾਲ ਪੁਰਾਣਾ, ਸਰ ਉਹ ਮੈਂ ਬ੍ਰੇਕ ਕੀਤਾ। ਅਤੇ ਸਾਡੇ ਕੋਚ ਸਾਹਿਬ ਸਾਨੂੰ ਬਹੁਤ ਪ੍ਰੈਕਟਿਸ ਕਰਵਾਉਂਦੇ ਆ, ਅਤੇ ਸਾਨੂੰ ਸਾਰੀ ਮਤਲਬ ਕਿ ਇੱਥੇ ਸਹੂਲਤਾਂ ਦਿੱਤੀਆਂ ਜਾਂਦੀਆਂ, ਉਹ ਸਾਡੇ ਲਈ ਮਤਲਬ ਕਿ ਹਰ ਇੱਕ ਜੋ ਵੀ ਉਹਨਾਂ ਨੂੰ ਲੱਗਦਾ ਹੈ ਕਿ ਬੱਚਿਆਂ ਵਾਸਤੇ ਕੀਤਾ ਜਾਣਾ ਚਾਹੀਦਾ, ਉਹਨਾਂ ਨੂੰ ਚਾਹੀਦਾ, ਉਹ ਮਤਲਬ ਕਿ ਅਰੇਂਜ ਕਰ ਦਿੰਦੇ ਆ ਸਾਡੇ ਲਈ। ਬਹੁਤ ਖੁਸ਼ੀ ਦੀ ਗੱਲ ਇਹ ਵੀ ਹੈ ਕਿ 10 ਸਾਲ ਪੁਰਾਣਾ ਰਿਕਾਰਡ ਤੋੜਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਪਲਬਧੀ ਹੈ, ਕਿਉਂਕਿ ਇਸ ਮੈਦਾਨ ਨੇ ਜਿਹੜੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਵਕਤ ਬੱਚੇ ਮਿਹਨਤ ਕਰ ਰਹੇ ਨੇ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਜਿਹੜੇ ਕੋਚ ਨੇ ਮਿਹਨਤ ਕਰਾਉਂਦੇ ਨੇ ਅਤੇ ਉਹਨਾਂ ਦੀ ਮਿਹਨਤ ਦਾ ਮੁੱਲ ਬੱਚੇ ਆਪਣੀ ਮਿਹਨਤ ਕਰਕੇ ਪੂਰਾ ਕਰਦੇ ਨੇ। 10 ਸਾਲ ਦੇ ਬਾਅਦ ਇਹਨਾਂ ਨੇ ਰਿਕਾਰਡ ਬ੍ਰੇਕ ਕੀਤਾ, ਰਿਕਾਰਡ ਬ੍ਰੇਕ ਕਰਨ ਤੋਂ ਬਾਅਦ ਪਹਿਲੀ ਮਨ ਦੇ ਵਿੱਚ ਕੀ ਆਇਆ ਸੀਗਾ, ਕਿੰਨੀ ਖੁਸ਼ੀ ਹੋਈ ਸੀ ਉਸ ਵਕਤ? ਸਰ ਬਹੁਤ ਖੁਸ਼ੀ ਹੋਈ ਸੀਗੀ ਵੀ 10 ਸਾਲ ਪੁਰਾਣਾ ਰਿਕਾਰਡ ਹੀਟ ਦੇ ਵਿੱਚ ਹੀ ਹੋ ਗਿਆ ਸੀ ਸਰ, ਫਿਰ ਸੈਮੀਫਾਈਨਲ ਦੇ ਵਿੱਚ ਹੋ ਗਿਆ, ਫਿਰ ਫਾਈਨਲ ਦੇ ਵਿੱਚ ਹੋ ਗਿਆ ਸੀ ਜਾ ਕੇ। ਹਾਂਜੀ, ਦੋਨੋਂ ਪੰਜਾਬ ਪੁਲਿਸ ਦੀਆਂ ਕੁੜੀਆਂ ਸੀ, ਅਸੀਂ ਦੋਨਾਂ ਨੇ ਬ੍ਰੇਕ ਕੀਤਾ ਗਾ। ਅਤੇ ਬਾਕੀ ਸਰ ਪ੍ਰੈਕਟਿਸ ਲਈ ਸਾਨੂੰ ਸੰਗਰੂਰ ਕਰਾਉਣ ਲਈ ਜਾਂਦੇ, ਉੱਥੇ ਸਿੰਥੈਟਿਕ ਗਰਾਊਂਡ ਹੈ, ਇੱਥੇ ਫਿਰ ਕੱਚੇ ਗਰਾਊਂਡ 'ਤੇ ਰੈਪੀਟੇਸ਼ਨ ਵਗੈਰਾ ਸਪੀਡ ਵਰਕ ਘੱਟ ਹੁੰਦਾ, ਫਿਰ ਸਾਨੂੰ ਆਪਣੀ ਗੱਡੀ 'ਤੇ ਵੀ ਲੈ ਕੇ ਜਾਂਦੇ ਆ, ਮਤਲਬ ਕਿ ਬੱਚਿਆਂ ਤੋਂ ਕਿਰਾਇਆ ਵਗੈਰਾ ਵੀ ਨਹੀਂ ਲੈਂਦੇ, ਵੀ ਕੋਚ ਸਾਹਿਬ ਇੰਨਾ ਕਰਦੇ ਬੱਚਿਆਂ ਦਾ। ਹਾਂਜੀ, ਕੋਚ ਸਾਹਿਬ ਦੇ ਵੱਲੋਂ ਇੰਨੀ ਮਿਹਨਤ ਕਰਵਾਈ ਜਾਂਦੀ ਹੈ ਅਤੇ ਫਿਰ ਪੂਰੀ ਇਹ ਨਹੀਂ ਕਿ ਬੱਚੇ ਨੂੰ ਛੱਡ ਦਿੱਤਾ ਜਾਂਦਾ, ਜੇ ਸਿੰਥੈਟਿਕ ਗਰਾਊਂਡ ਤੱਕ ਪ੍ਰੈਕਟਿਸ ਕਰਾਉਣ ਜਾਣਾ ਆ ਤਾਂ ਉੱਥੇ ਵੀ ਨਾਲ ਜਾਂਦੇ ਨੇ। ਕੀ ਨਾਮ ਜੀ ਤੁਹਾਡਾ? ਅਜੇ ਪ੍ਰਤਾਪ ਸਿੰਘ ਜੀ। ਕੀ ਪ੍ਰੈਕਟਿਸ ਕਰਦੇ? ਮੈਂ 100 ਮੀਟਰ 200 ਮੀਟਰ ਰੇਸ ਕਰਦਾ ਜੀ। ਕਿਹੋ ਜਿਹਾ ਲੱਗਦਾ ਇੱਥੇ ਪ੍ਰੈਕਟਿਸ ਕਰਕੇ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਪ੍ਰੈਕਟਿਸ? ਮੈਨੂੰ 3 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ ਇੱਥੇ, ਮੈਂ ਰਾਮਪੁਰ ਪਿੰਡ ਤੋਂ ਨਹੀਂ ਬਾਹਰੋਂ ਹੀ, ਅਤੇ ਬਹੁਤ ਸਾਲ ਪ੍ਰੈਕਟਿਸ ਕਰਕੇ ਇੱਥੇ, ਕੋਈ ਸਾਹਿਬ ਵਧੀਆ ਪ੍ਰੈਕਟਿਸ ਕਰਾਉਂਦੇ ਜੀ।
ਬਹੁਤ ਵੱਡੀ ਗੱਲ ਹੈ ਕਿ ਸਾਰੇ ਜਿੰਨੇ ਵੀ ਕੋਚ ਇੱਥੇ ਮਿਹਨਤ ਕਰਵਾ ਰਹੇ ਨੇ ਬੱਚੇ ਨੂੰ ਬਿਨਾਂ ਕਿਸੇ ਪੈਸੇ ਦੇ ਕਰਵਾ ਰਹੇ ਨੇ, ਉਹਨਾਂ ਦੀ ਸਿਰਫ ਇੱਕੋ ਹੀ ਮੰਸ਼ਾ ਹੈਗੀ ਹੈ, ਇੱਕੋ ਹੀ ਇਰਾਦਾ ਹੈਗਾ, ਇੱਕੋ ਹੀ ਸੁਪਨਾ ਹੈਗਾ ਕਿ ਜਿਹੜੇ ਬੱਚੇ ਇਸ ਪਿੰਡ ਦੇ ਨੇ ਜਾਂ ਇਸ ਮੈਦਾਨ ਦੇ ਵਿੱਚ ਆਉਂਦੇ ਨੇ ਉਹ ਕੁਝ ਨਾ ਕੁਝ ਬਣ ਜਾਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਬਹੁਤ ਵੱਡੀ ਗੱਲ ਹੁੰਦੀ ਆ ਆਪਣੇ ਆਪ ਦੇ ਵਿੱਚ। ਤੁਹਾਡੀ ਭਵਿੱਖ ਦੀ ਗੱਲ ਕਰੀਏ, ਕੀ ਬਣਨਾ ਚਾਹੁੰਦੇ? ਸਰ ਇੰਡੀਆ ਲਈ ਖੇਡਣਾ ਚਾਹੁੰਦੇ। ਇੰਡੀਆ ਦੇ ਲਈ ਖੇਡਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਇਸ ਮੈਦਾਨ ਦੇ ਵਿੱਚ ਤੁਸੀਂ ਮਿਹਨਤ ਕਰਕੇ ਉਹ ਸੁਪਨਾ ਸਾਕਾਰ ਕਰ? ਹਾਂਜੀ। ਇੱਕ ਹੋਰ ਗੱਲ ਬਹੁਤ ਅਹਿਮ ਆ ਕਿ ਬੱਚਿਆਂ ਨੂੰ ਜਦੋਂ ਪਤਾ ਲੱਗਦਾ ਦੂਰ ਦੁਰਾਡੇ ਤੋਂ ਵੀ ਇਸ ਮੈਦਾਨ ਦੇ ਵਿੱਚ ਬਹੁਤ ਮਿਹਨਤ ਕਰਵਾਈ ਜਾਂਦੀ ਹੈ ਤਾਂ ਦੂਰ ਦੁਰਾਡੇ ਤੋਂ ਵੀ ਬੱਚੇ ਆ ਰਹੇ ਨੇ। ਕੀ ਨਾਮ ਜੀ ਤੁਹਾਡਾ? ਰਾਹੁਲ ਸਿੰਘ। ਕਹਾਂ ਸੇ ਆਏ ਹੋ ਜੰਪਰ? ਮੈਂ ਹਰਿਆਣੇ ਸੇ। ਹਰਿਆਣੇ ਤੋਂ। ਤੁਹਾਨੂੰ ਕਿੱਦਾਂ ਪਤਾ ਲੱਗਿਆ ਸੀ ਇਸ ਮੈਦਾਨ ਦੇ ਵਿੱਚ ਇੰਨੀ ਮਿਹਨਤ ਕਰਵਾਈ ਜਾ ਰਹੀ ਹੈ, ਤੁਸੀਂ ਇੱਥੇ ਕਿੱਦਾਂ ਆਏ? ਹਮਾਰੇ ਕੋਚ ਹੈਦਰਾਬਾਦ ਦੇ ਜੋ ਇੰਡੀਅਨ ਆਰਮੀ ਇੰਡੀਆ ਕੋਚ, ਉਹਨਾਂ ਨੇ ਬਤਾ ਥਾ ਕਿ ਵਹਾਂ ਪੇ ਚਲੋ ਜਾਓ, ਵਹਾਂ ਪੇ ਅੱਛੀ ਟ੍ਰੇਨਿੰਗ ਮਿਲੇਗੀ ਹਰਡਲ ਕੇ ਲੀਏ, ਇਸ ਲਈ ਯਹਾਂ ਪੇ ਖੰਡਾ ਹੋਊਂਗਾ। ਕਿਵੇਂ ਦਾ ਲੱਗਦਾ ਇੱਥੇ ਆਣ ਕੇ? ਬਹੁਤ ਅੱਛਾ ਲੱਗਦਾ। ਕਿੰਨੀ ਮਿਹਨਤ ਕਿੰਨੀ ਪ੍ਰੈਕਟਿਸ ਕਰਵਾਈ ਜਾਂਦੀ ਹੈ? ਕੋਚ ਕਿਹੋ ਜਿਹੇ ਨੇ? ਹਰਡਲ ਕੀ ਅੱਛੀ ਮਿਹਨਤ ਹੁੰਦੀ ਹੈ, ਟੈਕਨੀਕ ਵੀ ਬਹੁਤ ਅੱਲੀ ਹੈ। ਕੀ ਭਵਿੱਖ ਦੇ ਇਰਾਦੇ ਕੀ ਨੇ, ਭਵਿੱਖ ਦੇ ਵਿੱਚ ਕੀ ਬਣਨਾ ਚਾਹੁੰਦੇ, ਇਨ ਫਿਊਚਰ ਤੁਸੀਂ ਕੀ ਬਣਨਾ ਚਾਹੁੰਦੇ? ਫਿਊਚਰ ਆਰਮੀ ਵਿੱਚ ਉਸਕੀ ਟ੍ਰੇਨਿੰਗ ਲਈ। ਆਰਮੀ ਦੇ ਵਿੱਚ ਹੁਣ ਤੱਕ ਬਹੁਤ ਸਾਰੇ ਬੱਚੇ ਭਰਤੀ ਹੋ ਚੁੱਕੇ ਨੇ, ਤੁਹਾਡਾ ਵੀ ਇਹੀ ਇਰਾਦਾ? ਸਪੋਰਟਸ ਕੋਈ ਲਈ, ਸਪੋਰਟਸ ਕੋਟਾ ਕੇ ਲਈ। ਕੀ ਨਾਮ? ਭਿੰਦਰ ਸਿੰਘ। ਭਿੰਦਰ ਕੀ ਪ੍ਰੈਕਟਿਸ ਕਰਦੇ? ਮੇਰੇ ਬੋਕਸਿੰਗ ਗੇਮ ਕਰਦੇ ਜੀ, ਸਰਦਾਰ ਨਰਮਲ ਸਿੰਘ ਕੋਚ ਸਿੰਘ ਜੀ ਮੇਰੇ। ਕਿੰਨਾ ਸਮਾਂ ਹੋ ਗਿਆ ਪ੍ਰੈਕਟਿਸ ਕਰਦੇ ਨੂੰ ਅਤੇ ਕਿਹੋ ਜਿਹੀ ਪ੍ਰੈਕਟਿਸ ਕਰਵਾਈ? ਮੈਨੂੰ 4 ਸਾਲ ਹੋ ਗਏ ਉਰੇ ਪ੍ਰੈਕਟਿਸ ਕਰਦੇ ਨੂੰ ਅਤੇ ਬਹੁਤ ਬਹੁਤ ਮਿਹਨਤ ਕਰਾਉਂਦੇ ਕੋਚ ਸਾਹਿਬ ਜੀ, ਉਹਨਾਂ ਦੇ ਬਦੌਲਤ ਅੱਜ ਮੈਂ ਜੀ ਚੰਡੀਗੜ੍ਹ ਸਿਲੈਕਸ਼ਨ ਹੈ ਮੇਰੀ ਅਕੈਡਮੀ ਜੀ PIC, ਔਰ ਮੈਂ ਉੱਥੇ ਟ੍ਰੇਨਿੰਗ ਕਰਦਾ, ਹੁਣ ਛੁੱਟੀਆਂ ਆਏ ਮੈਂ ਉਰੇ, ਬਹੁਤ ਵਧੀਆ ਟ੍ਰੇਨਿੰਗ ਕਰਾਉਂਦੇ। ਕੀ ਕਹਿਣਾ ਚਾਹੂੰਗੇ ਜਿਹੜੇ ਨੌਜਵਾਨ ਨਸ਼ਿਆਂ ਦੇ ਵੱਲ ਲਗਾਤਾਰ ਵੱਧਦੇ ਜਾ ਰਹੇ ਨੇ ਅਤੇ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ? ਉਹਨਾਂ ਨੂੰ ਸੁਨੇਹਾ ਵੀ ਸਪੋਰਟਸ ਵੱਲ ਵਧੋ, ਜ਼ਿਆਦਾ ਵਧੋ ਜੀ, ਨਸ਼ਿਆਂ ਦੇ ਦੂਰ ਰਹੋ, ਨਸ਼ਿਆਂ ਤੋਂ ਜੀ, ਨਸ਼ਿਆਂ 'ਚ ਪੈ ਕੇ ਤਾਂ ਜ਼ਿੰਦਗੀ ਖਰਾਬ ਹੋ ਜਾਂਦੀ, ਇਸ ਕਰਕੇ ਨਸ਼ਾ ਦੂਰ ਰਹਿਣਾ ਚਾਹੀਦਾ। ਤੁਹਾਡਾ ਸੁਪਨਾ ਕੀ ਆ? ਮੈਂ ਇੰਡੀਆ ਲਈ ਖੇਡਣਾ ਚਾਹੁੰਦਾ ਜੀ ਅਤੇ ਮਾਂ ਪਿਓ ਦਾ, ਕੋਚ ਸਾਹਿਬ ਦਾ ਅਤੇ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ। ਬਹੁਤ ਵੱਡਾ ਸੁਪਨਾ ਹੁੰਦਾ ਕਿ ਹਰੇਕ ਬੰਦਾ ਚਾਹੁੰਦਾ ਕਿ ਜੇ ਉਹ ਮਿਹਨਤ ਕਰਦਾ ਅਤੇ ਉਹ ਕਿਤੇ ਨਾ ਕਿਤੇ ਕਦੇ ਨਾ ਕਦੇ ਦੇਸ਼ ਲਈ ਖੇਡੇ, ਅਤੇ ਇਹ ਨੌਜਵਾਨਾਂ ਦਾ ਵੀ ਸੁਪਨਾ ਇਹੀ ਹੈ ਕਿ ਇਹ ਦੇਸ਼ ਲਈ ਖੇਡਣ। ਫਿਲਹਾਲ ਜਿਹੜੇ ਕੋਚ ਸਾਹਿਬ ਨੇ ਉਹ ਤਾਂ ਲਗਾਤਾਰ ਮਿਹਨਤ ਕਰਵਾ ਰਹੇ ਨੇ ਅਤੇ ਮਿਹਨਤ ਦਾ ਮੁੱਲ ਵੀ ਪੈ ਰਿਹਾ, ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਮਿਹਨਤ ਦਾ ਮੁੱਲ ਪਵੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਨੌਜਵਾਨ ਭਾਈ ਰੂਪਾ ਦੇ ਇਸ ਮੈਦਾਨ ਦੇ ਵਿੱਚੋਂ ਦੇਸ਼ ਦੇ ਲਈ ਨਾਮ ਰੋਸ਼ਨ ਕਰਨ, ਦੇਸ਼ ਲਈ ਮੈਡਲ ਲਿਆਉਣ ਅਤੇ ਜਿਹੜੇ ਇਹਨਾਂ ਦੇ ਕੋਚ ਨੇ ਉਹਨਾਂ ਦੇ ਸੁਪਨੇ ਸਾਕਾਰ ਕਰਨ।